ਵੰਡ ਵਾਉਣ ਦਾ ਜਿਹੜਾ ਕੀ ਸੀ, ਵੰਡ ਵਾਉਣ ਤਾਂ ਲੋਕਾਂ ਨੂੰ ਮਾਰਨ ਵਾਲੀ ਗੱਲ ਹੀ ਹੋਈ ਆ, ਵੰਡ ਕਰ ਹੀ ਇੱਕ ਭਰਾ ਇਕੱਠੇ ਬੈਠੇ ਬੈਠੇ ਉਹ ਇੱਕ ਦੂਜੇ ਨੂੰ ਵੱਢਣ ਡੇ ਪਏ ਆ। ਵੰਡ ਵਾਉਣ ਵਾਲਾ ਤਰੀਕਾ ਕੋਈ ਨਹੀਂ, ਨਾ ਇਹ ਹੋਣੀ ਚਾਹੀਦੀ ਸੀ। ਬੜੀਆਂ ਵੱਡੀਆਂ ਵੱਡੀਆਂ ਤਕਲੀਫਾਂ ਚੱਲੀਆਂ ਪਾਕਿਸਤਾਨ ਦੇ ਵਿੱਚ, ਹਾਲਾਤ ਦੱਸਣ ਵਾਲਾ ਹੀ ਕੋਈ ਨਹੀਂ। ਜੀਤ ਵੈੱਬ ਟੀ ਵੀ ਵੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸ੍ਰੀ ਹਰਿ ਗੋਬਿੰਦਪੁਰ ਤੋਂ ਪੱਤਰਕਾਰ ਕਵਲਜੀਤ ਸਿੰਘ ਚੀਮਾ। ਅੱਜ ਅਸੀਂ ਪਹੁੰਚੇ ਹਾਂ ਪਿੰਡ ਕਾਂਗੜਾ ਦੇ ਵਿੱਚ, ਜਿਸ ਨੂੰ ਤਹਿਸੀਲ ਲੱਗਦੀ ਹੈ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ। ਪਿਆਰੇ ਦਰਸ਼ਕੋ, ਇੱਥੇ ਦਰਦ ਸੰਤਾਲੀ ਦੇ ਪ੍ਰੋਗਰਾਮ ਲੜੀ ਤਹਿਤ ਇੱਥੋਂ ਦੇ ਅਸੀਂ ਬਜ਼ੁਰਗ ਬਾਬਾ ਜੀ ਜਿਹੜੇ ਸਿੱਖੀ ਸਰੂਪ ਦੇ ਵਿੱਚ ਸੱਜੇ ਹੋਏ ਹਨ, ਉਹਨਾਂ ਦਾ ਨਾਂ ਹੈ ਬਲਵੰਤ ਸਿੰਘ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਉਹਨਾਂ ਨੇ ਭਾਰਤ ਪਾਕਿਸਤਾਨ ਦੀ ਵੰਡ ਦਾ ਸਾਰਾ ਦਰਦ ਜਿਹੜਾ ਆਪਣੀ ਅੱਖੀਂ ਵੇਖਿਆ, ਅਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਸ ਸਮੇਂ ਜਦੋਂ ਪਾਕਿਸਤਾਨ ਦੀ ਵੰਡ ਆਈ, ਉਹਨਾਂ ਦਾ ਕੋਈ ਉਹਨਾਂ ਦੀ ਉਮਰ ਕੋਈ 11 ਸਾਲ ਦੀ ਸੀ। ਬਾਪੂ ਜੀ ਆਪਣਾ ਨਾਂ ਦੱਸੋ ਤੁਸੀਂ। ਮੇਰਾ ਨਾਂ ਜੀ ਬਲਵੰਤ ਸਿੰਘ ਹੈ। ਪਿਤਾ ਜੀ ਦਾ ਨਾਂ? ਪਿਤਾ ਦਾ ਨਾਂ ਸਰਦਾਰ ਆਨੰਦ ਸਿੰਘ ਸੀ, ਅਤੇ ਮੇਰਾ ਦਾਦਾ ਜੀ ਮੀਆਂ ਸਿੰਘ ਸੀ। ਸਾਨੂੰ ਬਾਹਰ ਵਿੱਚ ਇਹ ਬਾਬਾ ਜੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਆ, ਹਾਂ, ਉਹਦੇ ਬਾਰੇ ਤੁਸੀਂ ਦੱਸੋ, ਤੁਹਾਡੀ ਉਮਰ ਉਦੋਂ ਕਿੰਨੀ ਕੀ, ਕਿਹੜੇ ਸਾਲ ਦਾ ਜਨਮ ਸੀ? ਮੇਰਾ ਜੀ 1937 ਦਾ ਜਨਮ ਹੈ ਜੀ। ਹਾਂ, ਮੈਂ ਉਦੋਂ 11 ਸਾਲ ਦਾ ਹਾਂ, ਅਤੇ ਮੈਂ ਬਹੁਤ ਤਕਲੀਫਾਂ ਜਿਹੀਆਂ ਦੇਖੀਆਂ ਨੇ। ਸਾਡੇ ਤੋਂ ਅੱਗੇ ਉੱਠ ਕੇ, ਸਾਡਾ ਜ਼ਿਲ੍ਹਾ ਲੈਲਪੁਰ ਸੀ, ਸਾਡੇ ਟੋਬਾ ਟੇਕਸਨ ਤੋਂ ਅੱਗੋਂ ਉੱਠ ਕੇ ਲੋਕ ਪਹਿਲੇ 2 ਦਿਨ ਸਾਡੇ ਪਿੰਡ ਵਿੱਚ ਆਉਂਦੇ ਰਹੇ, ਬਹੁਤ ਕਾਫਲੇ ਇਕੱਠੇ ਹੁੰਦੇ ਰਹੇ, ਅਤੇ ਉਦੋਂ ਪਹਿਲੇ ਬਹੁਤ ਮੁਸ਼ਕਲਾਂ ਹੁੰਦੀਆਂ ਰਹੀਆਂ। ਤੀਜੇ ਦਿਨ ਅਸੀਂ ਵੀ ਦਿਨ ਦੇ 3 ਵਜੇ ਨਾਲ ਆਪਣੇ ਪਿੰਡ 'ਚੋਂ, ਸਾਡੇ ਪਿੰਡ ਦੇ ਜੋ ਜ਼ਿਮੀਂਦਾਰ ਸੀ ਜੱਟ ਭਰਾ, ਸਭ ਗੱਡੇ ਜੋ ਕੇ ਤੁਰ ਪਏ। ਸਾਡੇ ਪਿੰਡ ਵਿੱਚ ਮੁਸਲਮਾਨ ਸੈਲਦਾਰ ਸੀ ਫੈਜ਼ ਮਹਿਮਦ, ਉਹਨੇ ਉਸ ਵੇਲੇ ਬਹੁਤ ਥੋੜ੍ਹੀ ਜਿਹੀ ਰੱਖਿਆ ਕੀਤੀ। ਉਹਨੇ ਕਿਹਾ ਮੈਂ ਆਪਣੇ ਪਿੰਡ 'ਚ ਨਹੀਂ ਨੁਕਸਾਨ ਹੋਣ ਦੇਣਾ, ਅੱਗੇ ਜਾ ਕੇ ਹੋ ਜਾਏ ਤਾਂ ਹੋ ਜਾਏ। ਉਹ ਸਾਨੂੰ ਆਪਣੇ ਪਿੰਡ 'ਚੋਂ ਕੱਢ ਗਿਆ। ਅੱਗੇ ਆਣ ਕੇ ਬਹੁਤ ਤਕਲੀਫਾਂ ਹੁੰਦੀਆਂ ਰਹੀਆਂ ਨੇ, ਕਈ ਥਾਂ ਜਥੇ ਪੈ ਜਾਂਦੇ ਰਹੇ, ਅੱਗੋਂ ਇਹ ਪੈ ਜਾਂਦੇ ਰਹੇ, ਉਹ ਪੈ ਜਾਂਦੇ ਰਹੇ। ਅਸੀਂ ਤਾਂ ਉਦੋਂ ਇਹ ਵੀ 11 ਸਾਲ ਦੀ ਉਮਰ ਦੀਆਂ ਗੱਡੀਆਂ 'ਤੇ ਬੈਠੇ ਬਹਿੰਦੇ ਰਹੇ, ਸਾਡੇ ਜੋ ਵੱਡੇ ਵਡੇਰੇ ਹਨ ਇੱਧਰੋਂ ਇਹ ਪੈਂਦੇ ਰਹੇ, ਉੱਧਰੋਂ ਉਹ ਪੈਂਦੇ ਰਹੇ, ਇੱਦਾਂ ਤਕਲੀਫਾਂ ਨਾ ਆਉਂਦੇ ਆਉਂਦੇ ਕਈ ਦਿਨ ਰਾਜ ਰਸਤੇ 'ਤੇ ਤਾਂ ਬੱਲੋ ਦਿਹਾੜ ਨੂੰ ਆਏ। ਬੱਲੋ ਦਿਹਾੜ ਤੋਂ ਕੋਈ 2-3 ਮੀਲ ਪਿੱਛੇ ਇੱਕ ਨਹਿਰ ਸੀ, ਨਹਿਰ ਦੇ ਕਿਨਾਰੇ 'ਤੇ ਉਦੋਂ ਅੱਗੇ ਪਾਣੀ ਆ ਗਿਆ, ਪਿੱਛੇ ਬਹੁਤ ਵੱਡਾ ਕਾਫਲਾ ਜੁੜ ਗਿਆ। ਉੱਥੇ ਆਣ ਕੇ ਬਹੁਤ ਜ਼ਿਆਦਾ ਗਮ ਕਰ ਗਿਆ ਮੇਰਾ ਪਿਤਾ ਜੀ ਆਪਣਾ। ਉਹ ਚੱਲਦੇ ਫਿਰਦੇ ਦੀ 10 ਮਿੰਟਾਂ 'ਚ ਮੌਤ ਹੋ ਗਈ, ਪਤਾ ਨਹੀਂ ਕੀ ਵਜ੍ਹਾ, ਉਹਨੇ ਦਿਲ ਦੇ ਵਿੱਚ ਅਟੈਕ, ਉਹਨੂੰ ਸਮਝਦੇ ਨਹੀਂ ਸਾਂ ਜਿੰਨਾ ਅਟੈਕ ਹੋ ਜਾਂਦਾ ਇੱਦਾਂ ਵਾਰੀ ਮੌਤ ਹੋ ਗਈ। ਉਸ ਤੋਂ ਬਾਅਦ ਬਹੁਤ ਜ਼ਿਆਦਾ ਮੌਤਾਂ ਉੱਥੇ ਹੋ ਗਈਆਂ, ਅਤੇ ਬੜੇ ਦਿਨ ਉੱਥੇ ਦੇ ਬੜੀਆਂ ਤਕਲੀਫਾਂ ਚੱਲੀਆਂ ਨੇ। ਅਸੀਂ ਤਾਂ ਇੰਨਾ ਕੁਝ ਵਹਿੰਦੇ ਰਹੇ, ਕਾਫਲੇ ਕਿਤੋਂ ਇੱਧਰੋਂ ਪੈ ਗਿਆ, ਕੋਈ ਇੱਧਰੋਂ ਪੈ ਗਿਆ, ਬੜੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਨਾਲ ਅਸੀਂ ਪਾਕਿਸਤਾਨ ਤੋਂ ਆਏ ਹਾਂ, ਭੁੱਖੇ ਰਹਿ ਰਹਿ ਕੇ ਵੀ ਆਏ ਹਾਂ। ਇਹੋ ਜਿਹੀਆਂ ਤਕਲੀਫਾਂ ਚੱਲੀਆਂ ਨੇ, ਅਤੇ ਜਦੋਂ ਪਾਕਿਸਤਾਨ ਥੋੜ੍ਹੇ ਦਿਨ ਉਹਨੂੰ ਬਾਅਦ ਆ, ਉਦੋਂ ਆਪਣਾ ਗੋਰਖਾ ਫੌਜ ਗਈ ਆ, ਉਹ ਜਿਹੜਾ ਬਲੋਲਹਾਟ ਦਾ ਪੁਲ ਤੋੜ ਰਿਹਾ ਸੀ ਕੁਝ ਦਰ, ਉਹਨਾਂ ਨੇ ਉਹ ਆਪਣੇ ਕੋਲੋਂ ਪਤਾ ਨਹੀਂ ਕਿਸ ਤਰੀਕੇ ਨਾਲ ਬਣਾਏ, ਫਿਰ ਉਹਨਾਂ ਉਹ ਕਾਬਲਾ ਨਗਾਇਆ, ਦੂਈ ਬੰਨੀ ਆਪਣੀ ਹਿੰਦੁਸਤਾਨ ਦੀ ਫੌਜ ਨੇ ਖਲੋ ਕੇ। ਜਦੋਂ ਉਹਨੂੰ ਅੱਗੇ ਆ ਗਏ ਹਾਂ, ਅੱਗੇ ਆਣ ਕੇ ਭਾਈ ਫੇਰੂ ਗੁਰਦੁਆਰਾ ਆ ਗਿਆ, ਉੱਥੋਂ ਆਣ ਕੇ ਫਿਰ ਲੋਕ ਆਪੋ ਆਪਣੇ ਕੋਈ ਅੰਮ੍ਰਿਤਸਰ ਨੂੰ ਆ ਗਿਆ, ਕੋਈ ਕਿੱਦਾਂ ਜੋ ਹਿੰਦੁਸਤਾਨ 'ਚ ਆ ਗਏ, ਮੈਨੂੰ ਤਾਂ ਇੰਨਾ ਕੁ ਪਤਾ, ਉੱਥੋਂ ਨਿਖੜਦੇ ਗਏ ਹਾਂ, ਜਿੱਧਰ ਜਿੱਧਰ ਨੂੰ ਕਿਸੇ ਦੀ ਸ਼ਰਧਾ ਹੋਈ ਉੱਧਰ ਨੂੰ ਚਲੇ ਗਏ। ਬੜੀਆਂ ਵੱਡੀਆਂ ਵੱਡੀਆਂ ਤਕਲੀਫਾਂ ਚੱਲੀਆਂ ਨੇ। ਪਾਕਿਸਤਾਨ ਦੇ ਵਿੱਚ ਹਾਲਾਤ ਦੱਸਣ ਵਾਲਾ ਹੀ ਕੋਈ ਨਹੀਂ, ਧੀਆਂ ਭੈਣਾਂ ਜਿੰਨੀ ਕੁ ਬੇਇੱਜ਼ਤੀ ਹੋਈ ਆ ਉਹ ਵੀ ਝੱਲੀ ਨਹੀਂ ਜਾਂਦੀ। ਬਾਬਾ ਜੀ ਕਿੰਨਾ ਸਮਾਂ ਲੱਗਾ ਆਉਣ ਲੱਗਿਆ? ਆਉਣ ਲੱਗਿਆ ਜੀ, ਅਸੀਂ ਜੀ ਭਾਦਰੋਂ ਮਹੀਨੇ 'ਚ ਆਏ ਸਾਂ, ਅਤੇ ਅਸੀਂ 1.5 ਮਹੀਨਾ ਕਰੀਬਨ ਰਾਜ ਰਹੇ ਹਾਂ, 31 ਦੀ ਸੰਗਰਾਂਦ ਦੇ 80 ਮਹੀਨੇ ਦੀ ਨੂੰ ਆਏ ਹਾਂ ਅਸੀਂ। ਬਾਬਾ ਜੀ ਰਸਤੇ 'ਚ ਕੀ ਖਾਂਦੇ ਪੀਂਦੇ ਕਿੱਦਾਂ ਰਹੇ ਫਿਰ? ਖਾਂਦੇ ਪੀਂਦੇ ਰਹੇ, ਕਦੇ ਖਾ ਲਈ ਕਦੇ ਨਾ ਖਾ ਲਈ, ਡੰਗਰਾਂ ਨੂੰ ਛਾਪੇ ਵੱਟ ਵੱਟ ਕੇ ਰੁੱਖਾਂ 'ਤੇ ਪਾਉਂਦੇ ਰਹੇ ਨੇ ਮੇਰੇ ਵੱਡੇ ਭਰਾ ਚਾਚੇ ਤਾਏ, ਪੱਠਾ ਵੀ ਨਹੀਂ ਲੱਭਦਾ, ਡੰਗਰ ਕਿਤੋਂ ਟਾਹਲੀ ਦਾ ਛਾਪਾ ਲੈਣ ਦਾ, ਕਦੇ ਕੋਈ ਚੀਜ਼ ਲੈਣ ਦੀ, ਭੁੱਖੇ 'ਤੇ ਡੰਗਰ ਵੀ ਇੱਦਾਂ ਆਏ, ਆਪ ਵੀ ਇੱਦਾਂ ਹੀ ਆਏ, ਖਾਣਾ ਕਿਸੇ 2 ਮਹੀਨੇ ਕਿਹੜਾ ਰਾਸ਼ਨ ਸੀ ਕੋਲ, ਕਦੇ ਖਾ ਲਈ ਕਦੇ ਨਹੀਂ ਖਾ ਲਈ। ਕਿੰਨਾ ਕੁ ਸਮਾਨ ਬਾਬਾ ਜੀ ਲੈ ਕੇ ਆਏ ਤੁਸੀਂ ਉੱਥੋਂ? ਸਮਾਨ ਸਮੂਨ ਕੋਈ ਨਹੀਂ ਜੀ, ਇਹੋ ਜਿਹੇ ਆਪਣੇ ਗੱਡਿਆਂ 'ਤੇ ਕਿਤੇ ਕੋਈ ਕਿਸੇ ਦੇ ਕੋਲ ਚਾਰ ਕੋਈ ਥਾਲੀਆਂ ਕੌਲੀਆਂ ਹੋਣਗੀਆਂ, ਕੋਈ ਸਮਾਨ ਸਮੂਨ ਤਾਂ ਕੋਈ ਨਹੀਂ, ਨਿੱਕਾ ਮੋਟਾ ਸਮਾਨ ਹੋਏਗਾ, ਕੁਆਟਿਆ ਉਦੋਂ ਕਿਸੇ ਨੇ ਮਾਨ ਰੱਖ ਲਿਆ ਹੋਏਗਾ, ਜਿਹੜਾ ਪੀਸਾ ਘਰ ਐਡੀ ਛੇਤੀ ਤਾਂ ਕੁਛ ਪਿਆਇਆ ਨਹੀਂ, ਕੋਈ ਦਾਣੇ ਨਹੀਂ ਆਉਂਦੇ, ਫੱਕਾ ਨਹੀਂ ਆਉਂਦਾ, ਕੋਈ ਚੀਜ਼ ਨਹੀਂ ਆਉਂਦੀ, ਥੋੜ੍ਹਾ ਥੋੜ੍ਹਾ ਸਮਾਨ ਸੀ। ਇਹ ਹੈ ਵੀ ਰਜਾਈਆਂ ਵੀ ਪਾਟੀਆਂ ਪੁੱਟੀਆਂ ਇੱਕ ਇੱਕ 2-2 ਹੋਣਗੀਆਂ ਕੋਲ। ਬਾਬਾ ਜੀ ਉੱਥੇ ਜਿਹੜਾ ਤੁਹਾਡੀ ਉੱਥੇ ਪੈੜੀ ਬੰਨਾ ਹੈ ਕਿੰਨਾ ਕੀ ਪਾਕਿਸਤਾਨ ਦੇ ਵਿੱਚ? ਉੱਥੇ ਜੀ ਪਾਕਿਸਤਾਨ 'ਚ ਮੇਰੇ ਦਾਦਾ ਜੀ ਦੇ ਨਾਂ 'ਤੇ 1.5 ਮੁਰੱਬਾ ਜ਼ਮੀਨ ਸੀ ਪਾਕਿਸਤਾਨ 'ਚ। ਮੇਰੇ ਪਿਤਾ ਜੀ ਹੁਣੀ 7 ਭਰਾ ਸੀ, 3 ਪਿੱਛੇ ਰਹਿੰਦੇ ਸੀ ਸਿਆਲਕੋਟ 'ਚ ਨਾਰਵਾਲ ਲਾਗੇ, ਅਤੇ 3 ਉੱਥੇ ਰਹਿੰਦੇ ਸੀ, ਇੱਕ ਮੇਰਾ ਚਾਚਾ ਜੀ ਨਹੀਂ ਵਿਆਹ, ਉਹ ਨਹੀਂ ਸੀ ਵੰਡ ਕੀਤੀ, 3 ਉੱਥੇ ਰਹਿੰਦੇ। ਮੇਰਾ ਵੱਡਾ ਤਾਇਆ ਸਰਦਾਰ ਗੰਡਾ ਸਿੰਘ, ਇੱਕ ਮੇਰਾ ਚਾਚਾ ਜੀ ਛੋਟਾ ਬੁੱਢਾ ਸਿੰਘ,
ਇੱਕ ਮੇਰਾ ਪਿਓ ਨੰਦ ਸਿੰਘ, ਤਿੰਨ ਬਾਹਰ 'ਚ ਰਹਿੰਦੇ, ਤਿੰਨ ਪਿੱਛੇ ਸਾਡਾ ਪਿੰਡ ਨਾਰੋਵਾਲ ਲਾਗੇ ਮੌਜੋ ਕੇ ਉੱਥੇ ਰਹਿੰਦੇ ਸੀ ਵੱਡੇ, ਮੇਰੇ ਤਾਇਆ ਜੀ ਸਰਦਾਰ ਕਾਲਾ ਸਿੰਘ, ਚੰਡਾ ਸਿੰਘ ਅਤੇ ਚਾਚਾ ਜੀ ਵੱਡੇ ਚੰਦ ਸਿੰਘ, ਇਹ ਉੱਥੇ ਰਹਿ ਰਹੇ ਪਿੱਛੇ। ਬਾਬਾ ਜੀ ਤੁਹਾਡਾ ਕੋਈ ਉੱਥੇ ਦਾ ਯਾਰ ਦੋਸਤ ਜਿਹਨੂੰ ਤੁਸੀਂ ਜਾਣਦੇ ਹੋ? ਮੈਂ ਤਾਂ ਮੇਰਾ ਤਾਂ ਨਹੀਂ ਯਾਰ ਦੋਸਤ, ਮੇਰੇ ਪਿਤਾ ਜੀ ਦੇ ਬਹੁਤ ਵੱਡੇ ਯਾਰ ਦੋਸਤ ਹਨ, ਜਿਹੜੇ ਜਲਦਰ ਸਨ ਉੱਥੋਂ ਦੇ, ਜਲਦਰ ਫੈਜ਼ ਮਹਮ ਜੀ, ਉਹ ਬਹੁਤ ਮੇਰੇ ਪਿਤਾ ਜੀ ਨਾਲ ਪ੍ਰੇਮ ਕਰਦੇ ਸੀ। ਉਹਦੇ ਭਰਾ ਸੀ ਛੋਟੇ ਸਰਦਾਰ ਖਾਂ, ਉਹਦਾ ਬੱਚਾ ਸੀ ਵੱਡਾ ਰਹਿਮਤ ਅਲੀ, ਉਹ ਮੇਰੇ ਪਿਤਾ ਜੀ ਨਾਲ ਬਹੁਤ ਵੱਡਾ ਪਿਆਰ ਕਰਦੇ ਸੀ ਸਰਦਾਰ ਨੰਦ ਸਿੰਘ, ਮੈਂ ਤਾਂ ਇੰਨਾ ਕੁ ਜਾਣਦਾ। ਬਾਬਾ ਜੀ ਤੁਹਾਨੂੰ ਅੱਜ ਉੱਥੇ ਲੈ ਜਾਈਏ ਅਤੇ ਤੁਸੀਂ ਉਹ ਆਪਣੀ ਜਗ੍ਹਾ ਉਹ ਘਰ ਬਾਰ ਪਛਾਣ ਲਓਗੇ? ਹਾਂਜੀ, ਆਪਣਾ ਘਰ ਤਾਂ ਪਛਾਣ ਸਕਦੇ ਹਾਂ, ਘਰ ਤਾਂ ਜਾਂਦੇ ਹਾਂ, ਦੂਰੋਂ ਪਛਾਣ ਲਈ ਤਾਂ ਘਰ ਆਪਾਂ ਨੂੰ ਅਜੇ ਵੀ ਪਛਾਣ ਸਕਦੇ ਹਾਂ, ਆਪਣੀ ਜ਼ਮੀਨ ਵੀ ਪਛਾਣ ਸਕਦੇ, ਇੱਥੇ ਮੁਰੱਬੇ ਸਾਡੇ ਹੈਗੇ ਸੀ, ਆਹ ਸਭ ਕੁਝ ਪਛਾਣ ਲੱਗ। ਯਾਰਾਂ ਕਿੰਨਾ? 11 ਸਾਲ ਦਾ ਪੂਰੀ ਹੋਸ਼ ਸੀ ਮੈਨੂੰ, ਇਹਦੀ ਕੋਈ ਇਹ ਤਾਂ ਨਹੀਂ, ਮੈਂ ਬਿਲਕੁਲ 11 ਸਾਲ ਦਾ, ਮੈਨੂੰ ਨਿੱਕੇ ਹੁੰਦਾ ਤਾਂ ਮੈਂ ਉਦੋਂ ਪਹਿਲਾਂ ਵੀ ਜਿਹੜੀ ਗੱਲਾਂ ਹੋਈਆਂ ਨੇ ਸਭ ਦਾ ਹੋਸ਼ ਰਹਿੰਦੀ। ਜਦੋਂ ਦੇਸ਼ ਆਜ਼ਾਦ ਹੋਣ ਲੱਗਾ ਤਾਂ ਕਿੰਨਾ ਚਿਰ ਪਹਿਲਾਂ ਪਤਾ ਲੱਗਾ ਤੁਹਾਨੂੰ? ਪਹਿਲਾਂ ਜੀ ਕੁਝ 5-7 ਦਿਨ ਪਹਿਲਾਂ ਪਤਾ ਲੱਗਾ, ਘਰ ਗੱਲਾਂ ਕਰਦੇ ਰਹੇ ਤਾਂ ਦੇਸ਼ ਆਜ਼ਾਦ ਹੋ ਗਿਆ, ਦੇਸ਼ ਆਜ਼ਾਦ ਹੋ ਗਿਆ, ਵੀ ਉਹ ਕੋਈ ਨਹੀਂ, ਉਹ ਤਾਂ ਖੜ੍ਹੇ ਪੈਰ ਜਦੋਂ ਅਗਲੇ ਬੰਦੇ ਦੇ ਕਾਫਲੇ ਆ ਗਏ ਫਿਰ ਪਤਾ ਲੱਗ ਗਿਆ ਵੀ ਇੱਥੋਂ ਉੱਠ ਕੇ ਜਾਣਾ ਹੀ ਪੈਣਾ, ਪਹਿਲਾਂ ਨਹੀਂ ਮਹਿਸੂਸ ਕੀਤਾ, ਜਦੋਂ ਆਖਿਆ ਵੀ ਇੱਥੋਂ ਉੱਠ ਕੇ ਜਾਣਾ ਹੀ ਪੈਣਾ ਫਿਰ ਪਤਾ ਲੱਗਿਆ ਵੀ ਜਾਣਾ ਹੀ ਪੈਣਾ। ਬਾਬਾ ਜੀ ਇੱਥੋਂ ਭਾਰਤ ਦੇ ਵਿੱਚ ਕਿੱਥੇ ਆਣ ਕੇ ਤੁਸੀਂ ਕਿੱਥੋਂ ਸਰਹੱਦ ਪਾਰ ਕੀਤੀ ਜੀ? ਅਸੀਂ ਜੀ ਬੱਲੋ ਵਾਲੇ ਹਾਟ ਤੋਂ ਕੀਤੀ ਜੀ। ਠੀਕ ਹੈ। ਤੁਹਾਨੂੰ ਇੱਥੇ ਕੋਈ ਮਿਲੀ ਆਣ ਕੇ ਜ਼ਮੀਨ ਜਾਇਦਾਦ ਪੂਰੀ ਕੀਤੀ ਜੀ? ਜ਼ਮੀਨ ਸਾਨੂੰ ਜੀ ਮਿਲੀ ਆਣ ਕੇ, ਪਹਿਲਾਂ ਸਾਨੂੰ ਕੋਦਰ ਵੱਲ ਮਿਲੀ, ਉੱਧਰੋਂ ਫਿਰ ਕਟਾ ਵਟਾ ਕੇ ਅਤੇ ਫਿਰ ਅਸੀਂ ਹੁਣ ਪਿੰਡ ਕਾਂਗੜੇ 'ਚ ਉਹਨੂੰ ਵਾਧਾ ਆਏ, ਤਾਇਆਂ ਨੂੰ ਕਿਤੇ ਮਿਲ ਗਈ, ਚਾਚਿਆਂ ਨੂੰ ਕਿਤੇ ਮਿਲ ਗਈ, ਵੰਡ ਵੰਡੇਰੀ 'ਚ ਮਿਲੀ ਆ, ਕੋਈ ਇੱਕ ਥਾਂ ਨਹੀਂ ਮਿਲੀ, ਟਿਕਾਣੇ ਨਾਲ ਨਹੀਂ ਮਿਲੀ ਜ਼ਮੀਨ। ਹੁਣ ਅਸੀਂ ਆਪਣੇ ਜਦੋਂ ਹੋਸ਼ ਵਾਸ਼ 'ਚ ਆਏ ਹੁਣ ਆਪਣੇ ਕਾਇਮ ਉੱਡ ਕੇ ਹੋਏ ਹਾਂ, ਨਹੀਂ ਤਾਂ ਪਹਿਲਾਂ ਬਹੁਤ ਮੁਸ਼ਕਿਲਾਂ ਚੱਲੀਆਂ। ਤੁਹਾਡੇ ਹਿਸਾਬ ਨਾਲ ਵੰਡ ਹੋਣੀ ਚਾਹੀਦੀ ਸੀਗੀ? ਇਹ ਵੰਡ ਹੋਣ ਦਾ ਕੀ ਸੀ, ਵੰਡ ਹੋਣ 'ਤੇ ਲੋਕਾਂ ਨੂੰ ਮਾਰਨ ਵਾਲੀ ਗੱਲ ਹੀ ਹੋਈ ਆ, ਵੰਡ ਕਰੀ ਸੀ, ਇੱਕ ਭਰਾ ਇਕੱਠੇ ਬੈਠੇ ਬੈਠੇ ਉਹ ਇੱਕ ਦੂਜੇ ਨੂੰ ਵੱਢਣ ਡੇ ਪਏ ਆ, ਵੰਡ ਹੋਣ ਵਾਲਾ ਤਰੀਕਾ ਕੋਈ ਨਹੀਂ, ਨਾ ਇਹ ਹੋਣੀ ਚਾਹੀਦੀ ਸੀ, ਵੰਡ ਨਹੀਂ ਸੀ ਹੋਣੀ ਚਾਹੀਦੀ। ਪਹਿਲਾਂ ਤੁਹਾਡੇ ਭਰਾ ਸੀਗਾ ਫਿਰ ਤੁਹਾਡੇ ਦੁਸ਼ਮਣ ਬਣ ਗਏ? ਪਹਿਲਾਂ ਸਾਡੇ ਭਰਾ ਸੀ ਮੁਸਲਮਾਨ, ਇਕੱਠੇ ਖਾਂਦੇ ਪੀਂਦੇ ਵੱਡਿਆਂ ਨਾਲ ਖਾਂਦੇ ਪ੍ਰੇਮ ਦੇ ਨਾਲ, ਅਤੇ ਉਹ ਦੁਸ਼ਮਣ ਬਣ ਗਏ, ਹਾਂ ਉਹ ਬਹੁਤ ਵੱਡੇ ਦੁਸ਼ਮਣ ਬਣ ਗਏ, ਅਤੇ ਜਿੰਨੇ ਸੱਕੇ ਸਨ ਉਦੋਂ ਦੁਸ਼ਮਣ ਬਹੁਤੇ ਬਣ ਗਏ। ਉਹ ਆਪੋ ਆਪਣੀਆਂ ਜਾਨਾਂ ਬਚਾਉਣ ਦਾ ਤਰੀਕਾ ਰਿਹਾ, ਜੇ ਕਿਸੇ ਦੀ ਬਚ ਗਈ ਹੈ, ਕਈ ਮਰ ਗਏ ਨੇ, ਕਈ ਰਹਿ ਗਏ ਨੇ, ਮੇਰਾ ਪਿਤਾ ਜੀ ਗਮ ਨਹੀਂ ਮਰ ਗਿਆ, ਰਾਣ ਚਾਣ ਕੇ ਆਪਣੇ ਛੱਡ ਕੇ ਗਿਆ ਦਾ, ਬੱਲੋ ਵਾਲੇ ਹਾਟ ਤੋਂ ਪਿੱਛੇ ਆਣ ਕੇ ਪਹਿਲੇ ਦਿਨ ਮੌਤ ਹੋ ਰਹੀ ਹੋ ਗਈ ਸਰਦਾਰ ਨੰਦ ਸਿੰਘ, ਉਹਦਾ ਸੰਸਕਾਰ ਤੁਸੀਂ ਹੱਥੀ ਕੀਤਾ ਉੱਥੇ? ਜੀ ਪਹਿਲੇ ਰਾਤ ਅਸੀਂ ਜਿਸ ਵੇਲੇ 4:46 ਉਹਦੀ ਮੌਤ ਹੋ ਗਈ ਆ, ਉਦੋਂ ਮੇਰੇ ਤਾਇਆ ਜੀ ਵੱਡਾ ਸੀ ਸਰਦਾਰ ਗੰਡਾ ਸਿੰਘ, ਉਹਨੇ ਕਿਹਾ ਜੀ ਟੋਆ ਪੁੱਟ ਕੇ ਤੈਨੂੰ ਦਬਾ ਦਿਓ, ਪਤਾ ਨਹੀਂ ਕਾਫਲਾ ਪੈ ਜਾਵੇ ਤੇਰੀ ਲਾਸ਼ ਪਈ ਰਹੇਗੀ, ਟੋਆ ਪੁੱਟ ਕੇ ਲਾਗੇ ਦਬਾ ਦਿੱਤਾ, ਅਤੇ ਉੱਥੇ ਫਿਰ ਕਾਫਲਾ ਟਿਕ ਗਿਆ। ਸੁਬਾਹ ਫਿਰ ਉਹਨਾਂ ਨੇ ਕੀਤਾ ਵੀ ਮੇਰੇ ਚਾਚਾ ਜੀ ਨਿੱਕਾ ਸੀ ਸਰਦਾਰ ਬੁੱਢਾ ਸਿੰਘ, ਉਹਦਾ ਗੱਡਾ ਮਾੜਾ ਸੀ, ਉਹ ਗੱਡੇ ਦਾ ਜਿਹੜਾ ਸਮਾਨ ਸੀ ਮਾੜਾ ਮੋਟਾ ਕੀ ਸੀ ਉਹ ਜਾਣੇ, ਦੂਜੀਆਂ ਗੱਡੀਆਂ 'ਤੇ ਬਾਲ ਕੇ ਉਹਦਾ ਗੱਡੇ ਦਾ ਬਾਲਣ ਪਾੜ ਕੇ ਉਹਦੇ ਨਾਲ ਮੇਰੇ ਪਿਤਾ ਜੀ ਦਾ ਸੰਸਕਾਰ ਕਰ ਦਿੱਤਾ। ਬਾਬਾ ਜੀ ਉਹ ਕਾਫਲੇ 'ਚ ਤੁਹਾਡੇ ਪਰਿਵਾਰ ਦੇ ਕਿੰਨੇ ਮੈਂਬਰ ਆਏ ਉੱਥੇ? ਸਾਡੇ ਪਰਿਵਾਰ ਦੇ ਜੀ 4 ਮੁੰਡੇ, ਤਾਇਆ ਚੰਡਾ ਸਿੰਘ ਦੇ ਅਤੇ ਤਾਇਆ ਜੀ ਆਇਆ, ਇੱਕ ਉਹਦੀ ਨੂੰਹ ਆਈ, ਤਾਈ ਆਈ, ਇੱਕ ਉਹਦੀ ਕੁੜੀ ਆਈ, ਅਤੇ ਦੋ ਹੱਥੋਂ ਨੂੰਹਾਂ ਆਈਆਂ, ਅਤੇ ਇੱਕ ਵੱਡੇ ਤਾਏ ਦਾ ਨੂੰਹ ਪੁੱਤ ਆਇਆ, ਪੁੱਤਰੀਆਂ ਪੋਤਰੇ ਆਏ, ਬਾਕੀ ਅਸੀਂ 4 ਭਰਾ ਹਾਂ, ਸਾਡੀ ਮਾਤਾ ਪਿਤਾ ਸੀ ਅਸੀਂ ਆਏ, ਨਿੱਕੇ ਚਾਚੇ ਦੇ ਇੱਕ ਮੁੰਡਾ ਸੀ ਅਤੇ ਚਾਚੀ ਚਾਚਾ ਆਏ, ਇੰਨੇ ਕੁ ਅਸੀਂ ਪਰਿਵਾਰ ਸੀ ਉੱਥੇ, ਇੰਨੇ ਕੁ ਆਏ ਆਪਣੇ ਪਰਿਵਾਰ ਨੇ, ਹੋਰ ਲੋਕਾਂ ਦਾ ਨਹੀਂ, ਮੈਂ ਉਦੋਂ ਜਾਂਚ ਕੀਤੀ, ਮੈਨੂੰ ਲੋਕਾਂ ਦਾ ਨਹੀਂ ਪਤਾ ਪੱਕਾ, ਅਸੀਂ ਆਪਣੇ ਪਰਿਵਾਰ ਦੇ ਇੰਨੇ ਆਏ ਹਾਂ ਇੱਕ ਦਾਦੇ ਦੀ ਔਲਾਦ ਦੇ। ਪਿਆਰੇ ਦਰਸ਼ਕੋ, ਇਹ ਸਨ ਬਾਪੂ ਜਿਨ੍ਹਾਂ ਜੀ ਨੇ ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਦਾ ਦਰਦ ਬਿਆਨ ਕੀਤਾ, ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਦੀ ਮੌਤ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਹ ਦਰਦ ਨਹੀਂ ਉਹਨਾਂ ਕੋ ਸਹਾਰਿਆ ਗਿਆ, ਅਤੇ ਉਹ ਗਮ ਦੇ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਸੁਝਾਅ ਜ਼ਰੂਰ ਭੇਜਣਾ।